ਜ਼ਿਆਦਾ ਤੂੰ ਮੇਰੇ ਨਾਲ ਚਲਾਕੀ ਨਹੀਂ ਕਰਦੀ ਕਿਉਂ ਜੀ ਹੁਣ ਮੈਂ ਠੀਕ ਹੋ ਗਈ ਆ ਹਾਂ ਮੈਨੂੰ ਹੁਣ ਜ਼ਿਆਦਾ ਰਸ਼ ਪਸੰਦ ਨਹੀਂ ਇਹੋ ਜਿਹੇ ਖੁਸਰੇ ਪਿੰਡਾਂ ਦੇ ਵਿੱਚ ਅਚਾਰ ਦੀ ਫਾੜੀ ਤੋਂ ਨੱਚੀ ਜਾਂਦੇ ਬੈਠੋ 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 ਦੇਣਾ
ਆਪ ਕੱਲ ਰਾਤ ਨੂੰ 2 ਵਜੇ ਡੋਲ ਲੈ ਕੇ ਬਾਜ਼ਾਰ 'ਚ ਜਾ ਰਿਹਾ। ਮੈਂ ਕਿਹਾ ਕਿੱਧਰ, ਕਹਿੰਦਾ ਦੁੱਧ ਲੈਣ ਚੱਲਾਂ, ਮੇਰੀ ਬੁੱਢੀ ਦਾ ਘਰ ਦੋਸਤ ਆਇਆ। ਆਪਣੀ ਆਦਤ ਨਹੀਂ ਹੋਣੀ ਐਸਾ ਬਗਾਰ ਇਹਨੇ ਬਾਬਾ ਆਦਤ ਵਾਰ ਤੇ ਇਹਨੇ ਸੇਵਾ ਜਮਾਂ ਕਰ ਰਿਸਕ ਰੋਟੀ ਕੇ ਬਾਅਦ ਸੇਵ ਕਰਦਾ ਕਰਦਾ ਮਦਦ ਕਰਦਾ ਸਾਹ ਤੁਸੀਂ ਗਲੇ 'ਚ ਤਾਰ ਭਾਰ ਬੰਨੇ ਉਹ ਬੰਦਾ ਨਹੀਂ ਕਹਿੰਦਾ ਲਾ ਮਰ ਤਾਉਣ ਵੱਡੀ ਨਹੀਂ ਚਵਲ ਟੈਬੋ ਤੇ ਚੜਨ ਲੱਗਾ, ਉਹਨੇ ਐਂ ਕਰਕੇ ਮਸ਼ੀਨ ਲਾਈ, ਉਹਨੂੰ ਕਹਿੰਦਾ ਭਾਜੀ ਇਹਦੇ ਨਾਲ ਪੱਥਰੀ ਦਾ ਪਤਾ ਲੱਗ ਜਾਂਦਾ। ਕਹਿੰਦਾ ਇੱਥੇ ਲੰਮੇ ਪਿਆ, ਮੈਂ ਤੈਨੂੰ ਦੱਸਣਾ ਹੁਣੇ। ਬਿਲਕੁਲ ਸਹੀ, ਇਹਦੀ ਬਾਜੀ ਦਾ ਵਿਆਹ ਹੋਇਆ, ਇਹਦੇ ਭਣਵਈਏ ਨੇ ਇਹਨੂੰ ਪੁੱਛਿਆ ਇਸ ਇਲਾਕੇ ਦੀ ਮਸ਼ਹੂਰ ਸ਼ਹਿਰ ਕਿਹੜੀ ਹੈ। ਬਗਾਰਤ ਕਹਿੰਦਾ ਉਹ ਜਿਹੜੀ ਮਸ਼ਹੂਰ ਸੀ ਉਹ ਤੇ ਤੂੰ ਲੈ ਚੱਲਾਂ। ਆਪ ਆਪਣੀ ਭੈਣ ਦੇ ਵਿਆਹ ਤੇ ਆਪਣੇ ਭਣਵਈਏ ਨੂੰ ਕਹਿਣਾ ਸੀ ਮਿਲੀ ਮੇਲ ਦਿਨ ਭਾਈ ਠੀਕ ਸੀ ਨਾ। ਉਹ ਕਹਿੰਦਾ ਸਾਲਿਆ ਭੱਲਿਆਂ ਦੀ ਰੇਹੜੀ ਭੇਜੀ ਮੇਰੇ ਨਾਲ ਠੀਕ। ਇਹੋ ਜਿਹੀਆਂ ਕੁੜੀਆਂ ਪੈਟਰੋਲ ਪੰਪ ਤੇ ਗੱਡੀ 'ਚ ਤੇਲ ਪੈਂਦਾ ਵੇਖ ਕੇ ਖੁਸ਼ ਹੋਈ ਜਾਂਦੀਆਂ। ਇੱਧਰ ਵੇ, ਮੈਨੂੰ ਕਹਿੰਦਾ ਮੈਨੂੰ ਕੋਈ ਕੰਮ ਦੱਸ, ਮੇਰਾ ਕੋਈ ਕੰਮ ਲੱਗ ਜਾਏ। ਮੈਂ ਕਿਹਾ ਵਰਕਸ਼ਾਪ ਪਾ ਲੈ, ਤਿੰਨ ਮਹੀਨੇ ਪਾ ਕੇ ਬੈਠਾ ਰਿਹਾ, ਗੁਦਾਹ ਕੀ ਨਹੀਂ ਆਇਆ। ਕਿਉਂ? ਤੀਸਰੀ ਮੰਜ਼ਿਲ ਤੇ ਭਾਈ ਬੈਠੋ ਬੈਠੋ ਗਿਆ ਮੁੰਡਾ ਲੈਣ ਦਾ। ਆਪ ਫਿਲਮ ਸਟਾਰ ਨਾਦਰਾ ਦੀ ਕਬਰ ਤੇ ਜਾ ਕੇ ਖਲੋ ਗਿਆ। ਅੱਛਾ, ਮੈਂ ਕਿਹਾ ਇੱਥੇ ਕਿਉਂ ਖਲੋਤਾ? ਕਹਿੰਦਾ ਸ਼ਨਾਖਤੀ ਕਾਰਡ ਬਣਵਾਉਣਾ ਹੈ। ਉਹ ਸਾਲੇ ਉਹ ਨਾਦਰਾ ਵਾਲੇ ਬਣਾਉਂਦੇ ਨੀ। ਗੱਡੀ ਦਾ ਬਹੁਤ ਛੱਡ ਰਿਹਾ ਮੇਰੇ, ਬੜੀ ਅੱਛੀ ਕਾਰ ਚਲਾਉਂਦਾ। ਪਰਸੋਂ ਮੈਂ ਗੱਡੀ 'ਚ ਬੈਠਾ, ਲਾਲ ਇਸ਼ਾਰਾ ਮੈਂ ਗੱਡੀ ਸਿੱਧੀ ਨਿਕਾਤੀ। ਮੈਂ ਕਿਹਾ ਗੱਡੀ ਰੋਕ ਅੱਗੇ ਲਾਲ ਇਸ਼ਾਰਾ ਹੀ। ਕਹਿੰਦਾ ਚੁੱਪ ਕਰ ਜਾ, ਮੈਂ ਪਾਗ ਲਾਂਗੂ ਗੱਡੀ ਚਲਾਉਣਾ।
बेवकूफा 200 पा के इथे आवे वो 300 वध पा के तेरे घर ना चला जाए। माफ कर दे तेरी वह तो बड़ी दलील हो गया बस ठीक है हूँ ठीक है माफ कर दे मेरी गल सुनो तुसी वैसे है बड़े अच्छे हो यार मेरी गल तो विचे रह गई खोते घर मैनू केड़ी औरत बणबण पाई आंदा तैनू मेरा पता नहीं जे मैं नशे च हो गया ना फिर तू ही मधूरी है केड़ी औरत है ए औरत जो भी गए चलो कोई गल बैठे रहो पूरी अदालत ने जुतियां मार के उतो कढ़िया वो जिहड़े बंदे नूं फांसी की सजा हुई उन्हें ओहदे पैसे फड़ ले कहिंदा मैं रिहा कराउणा ज्यादा
ਐ ਦਿੱਤੇ ਵੇ ਬਾ ਤੂੰ ਖੁਸ਼ ਹੈ ਠਹਿਰ ਜਾ ਵੇਓ ਕੀ ਵੇਓ ਹੈ ਪਹਿਲੀ ਤੇ ਦਫਨਾ ਲੋ ਐਵੇਂ ਦਫਨਾ ਲਈਏ ਲੈ ਠਹਿਰ ਜਾ ਦਫਨਾ ਉਧਰ ਤੇ ਵੇਓ ਉਧਰ ਨਾਲੇ ਗੱਲ ਸੁਣੋ ਮੇਰੀ ਆ ਜਿਹੜੀਆਂ ਔਰਤਾਂ ਇੰਨੇ ਨੇ ਨੱਚ ਗਈਆਂ ਨਾ ਇਹਨਾਂ ਦੀ ਇੱਜ਼ਤ ਕਰਿਆ ਕਰੋ ਕਿਉਂ ਇਹ ਬਹੁਤ ਦੁਖੀ ਆ ਔਰਤਾਂ ਉਹ ਕਿਵੇਂ ਜੀ ਓਏ ਆਪਣੇ ਪੁੱਤਰ ਲੱਭਦੀਆਂ ਫਿਰਦੀਆਂ ਡਰਾਮੇ ਦੇ ਆ ਰਹੇ ਲੱਗੇ ਤੂੰ ਪਤਾ ਨੀ ਪੈਸੇ ਕਿਹੜੇ ਦੇ